ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕੁਲਦੀਪ ਸਿੰਘ ਸ਼ੇਰ ਗਿੱਲ ਮਰਖਾਈ। ਦੋਸਤੋ, ਆਪਾਂ ਸਾਰੇ ਜਾਣਦੇ ਹਾਂ ਕਿ ਬਾਸਮਤੀ ਦੇ ਵਪਾਰ ਦੇ ਉੱਤੇ ਬੱਦਲ ਮੰਡਰਾ ਰਹੇ ਹੈ। ਸਾਡੀ ਟੇਕ ਸਾਊਦੀ ਅਰੇਬੀਆ ਅਤੇ ਈਰਾਨ 'ਤੇ ਹੈ, ਉਸ ਤੋਂ ਬਾਅਦ 'ਚ ਯੂਰਪੀਅਨ ਯੂਨੀਅਨ ਦੇ ਉੱਪਰ ਸਾਡੀ ਟੇਕ ਹੈ। ਅਸੀਂ ਦੇਖਦੇ ਹਾਂ ਕਿ 2017 ਤੋਂ ਹੀ ਯੂਰਪੀਅਨ ਯੂਨੀਅਨ ਨੇ ਆਪਣੇ ਜਿਹੜੇ ਹੈਗੇ ਆ ਸਟੈਂਡਰਡ ਸੀਗੇ ਪੈਸਟੀਸਾਈਡ ਦੇ, ਉਹ ਸਖਤ ਕਰ ਦਿੱਤੇ ਸੀਗੇ। ਜੋਰਡਨ ਵੀ ਸਖਤ ਕਰ ਰਿਹਾ, ਸਾਊਦੀ ਅਰੇਬੀਆ ਵੀ ਸਖਤ ਕਰ ਰਿਹਾ ਹੈ, ਜਿਹਦੇ ਕਰਕੇ ਹੁਣ ਇੱਕ ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਸਾਡੇ ਦੇਸ਼ ਦੇ ਵਿੱਚੋਂ ਜਦੋਂ ਵੀ ਬਾਸਮਤੀ ਦਾ ਕੋਈ ਕੰਸਾਈਨਮੈਂਟ ਬਾਹਰ ਜਾਏਗਾ ਤਾਂ ਇੱਥੇ ਬਣੀਆਂ ਹੋਈਆਂ ਦੋ ਲੈਬੋਰਟਰੀ ਦੇ ਵਿੱਚ ਇਹ ਟੈਸਟ ਕੀਤਾ ਜਾਊਗਾ, ਅਤੇ ਟੈਸਟ ਕਰਨ ਤੋਂ ਬਾਅਦ ਦੇ ਵਿੱਚ ਹੀ ਉਹ ਬਾਹਰ ਭੇਜਿਆ ਜਾਏਗਾ। ਇਹਦੇ ਵਿੱਚ 22 ਤਰ੍ਹਾਂ ਦੇ ਜ਼ਹਿਰਾਂ ਦਾ ਟੈਸਟ ਕੀਤਾ ਜਾਂਦਾ ਹੈ, ਜਿਹਦੇ ਵਿੱਚੋਂ 9 ਤਰ੍ਹਾਂ ਦੇ ਜ਼ਹਿਰ ਮੁੱਖ ਤੌਰ 'ਤੇ ਜਿਹੜਾ ਹੈਗਾ ਬਿਲਕੁਲ ਬੈਨ ਕਰ ਦਿੱਤੇ ਗਏ ਆ ਬਾਸਮਤੀ ਦੇ ਉੱਪਰ ਵਰਤਣ 'ਤੇ, ਅਤੇ ਬਾਕੀ ਜ਼ਹਿਰ ਜਿਹੜੇ ਹੈਗੇ ਆ ਬਹੁਤ ਧਿਆਨ ਨਾਲ ਵਰਤਣ ਦੇ ਲਈ ਕਿਹਾ ਗਿਆ ਹੈ। ਦੋਸਤੋ, ਮੈਂ ਇੱਥੇ ਦੱਸ ਦੇਣਾ ਚਾਹੁੰਦਾ ਹਾਂ ਕਿ ਜੇਕਰ ਅਸੀਂ ਇਸੇ ਤਰੀਕੇ ਦੇ ਨਾਲ ਚੱਲਦੇ ਰਹੇ ਤਾਂ ਸਾਡੀ ਬਾਸਮਤੀ ਨਹੀਂ ਵਿਕਣੀ, ਕਿਉਂਕਿ ਜਿਹੜਾ ਵਪਾਰੀ ਸਾਡੇ ਬਾਸਮਤੀ ਲੈ ਕੇ ਅੱਗੇ ਐਕਸਪੋਰਟ ਕਰਦਾ, ਜੇ ਉਹਨੂੰ ਕਰੋੜਾਂ ਅਰਬਾਂ ਰੁਪਏ ਦਾ ਘਾਟਾ ਪਏਗਾ ਤਾਂ ਉਸਨੇ ਬਾਸਮਤੀ ਖਰੀਦਣੋਂ ਹਟ ਜਾਣਾ ਹੈ। ਅਤੇ ਬਾਸਮਤੀ ਜਦੋਂ ਕਿ ਭਾਰਤ ਦੇ ਵਿੱਚ ਬਹੁਤ ਘੱਟ ਲੋਕ ਖਾਂਦੇ ਹੈ, ਅਤੇ ਜਿਹੜੇ ਬੰਦਿਆਂ ਨੇ ਲੱਖ ਲੱਖ ਰੁਪਈਆ ਠੇਕਾ ਭਰਿਆ ਜਾਂ 70-80 ਹਜ਼ਾਰ ਰੁਪਈਆ ਠੇਕਾ ਭਰਿਆ ਬਾਸਮਤੀ ਏਰੀਆ ਵਾਲਿਆਂ ਨੇ, ਤਾਂ ਉਹਨਾਂ ਦੇ ਪੱਲੇ ਕੱਖ ਵੀ ਨਹੀਂ ਪੈਣਾ, ਕਿਉਂਕਿ ਜਦੋਂ ਖਰੀਦਦਾਰ ਨਹੀਂ ਹੋਏਗਾ ਤਾਂ ਵੇਚਣਗੇ ਕਿਹਨੂੰ। ਇੱਥੇ ਮੈਂ ਡੀਲਰ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਦੋਸਤੋ, ਤੁਹਾਡਾ ਅਤੇ ਸਾਡਾ ਰਿਸ਼ਤਾ 9 ਮਾਸ ਦਾ ਰਿਸ਼ਤਾ ਹੈ, ਤੁਸੀਂ ਸਾਡੇ ਤੋਂ ਕਮਾਈ ਕਰਦੇ ਹੋ, ਅਸੀਂ ਤੁਹਾਡੇ ਤੋਂ ਤਕਨੀਕੀ ਸਹਾਇਤਾ ਲੈ ਕੇ ਅਤੇ ਦਵਾਈਆਂ ਵੀ ਉਧਾਰ ਚੱਕ ਕੇ ਆਪਦੀ ਫਸਲ ਪਾਲਦੇ ਹਾਂ ਅਤੇ ਅਸੀਂ ਵੀ ਮੁਨਾਫਾ ਲੈਂਦੇ ਹਾਂ, ਪਰੰਤੂ ਜੇਕਰ ਕਿਉਂਕਿ ਅਸੀਂ ਤਕਨੀਕੀ ਸਹਾਇਤਾ 'ਤੇ ਤੁਹਾਡੇ 'ਤੇ ਜ਼ਿਆਦਾ ਡਿਪੈਂਡੈਂਟ ਹਾਂ, ਤਾਂ ਇਹ ਜਿਹੜੇ ਜ਼ਹਿਰ ਹੈਗੇ ਆ ਜੇਕਰ ਖੇਤੀ ਦੇ ਵਿੱਚ ਵਰਤੇ ਜਾਣਗੇ ਤਾਂ ਤੁਹਾਡਾ ਉਧਾਰ ਪੈਸਾ ਵੀ ਸਾਡੇ ਕੋਲੋਂ ਵਾਪਸ ਨਹੀਂ ਆਏਗਾ ਅਤੇ ਆਪਾਂ ਦੋਵੇਂ ਇਕੱਠੇ ਜਿਹੜਾ ਹੈਗਾ ਡੁੱਬਾਂਗੇ। ਇਸ ਕਰਕੇ ਇਸ ਵੀਡੀਓ ਨੂੰ ਲਾਸਟ ਤੱਕ ਦੇਖੋ, ਅਤੇ ਜੇਕਰ ਕਿਸਾਨ ਤੁਹਾਡੇ ਕੋਲੋਂ ਆ ਕੇ ਜ਼ਹਿਰਾਂ ਮੰਗਦਾ ਵੀ ਹੈ ਤਾਂ ਉਹਨੂੰ ਇਹ ਜ਼ਹਿਰਾਂ ਦੇਣ ਤੋਂ ਮਨਾ ਜ਼ਰੂਰ ਕਰੋ, ਤਾਂ ਹੀ ਅਸੀਂ ਜਿਹੜਾ ਹੈਗਾ ਸਾਡਾ ਇਹ ਵਪਾਰ ਬਚਾ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਜ਼ਹਿਰਾਂ ਦੇ ਬਾਰੇ ਕਿ ਇਹ ਕਿਹੜੇ ਕਿਹੜੇ ਜ਼ਹਿਰ ਹੈ ਜਿਨ੍ਹਾਂ ਨੂੰ ਅਸੀਂ ਧਿਆਨ ਨਾਲ ਵਰਤਣਾ ਹੈ। ਦੋਸਤੋ, ਸਭ ਤੋਂ ਪਹਿਲੀ ਗੱਲ ਤਾਂ ਜਿਹੜੇ 9 ਜ਼ਹਿਰ ਅਸੀਂ ਵਰਤਣੇ ਨਹੀਂ ਹੈਗੇ, ਮੈਂ ਇਹਨਾਂ ਦੀ ਗੱਲ ਕਰਾਂਗਾ। ਇਹ ਮੁੱਖ ਤੌਰ 'ਤੇ ਬਾਸਮਤੀ ਦੇ ਵਿੱਚ ਗੱਲ ਕਰ ਰਿਹਾ, ਪਰੰਤੂ ਬਾਸਮਤੀ ਕਿਉਂ, ਭਾਰਤ ਵਾਸੀਆਂ ਨੂੰ ਅਸੀਂ ਕਿਉਂ ਕੈਂਸਰ ਵਾਲੇ ਜ਼ਹਿਰ ਖਵਾਈਏ, ਤਾਂ ਇਸ ਕਰਕੇ ਝੋਨੇ ਦੇ ਵਿੱਚ ਵੀ ਇਹਨਾਂ ਤੋਂ ਪਰਹੇਜ਼ ਕੀਤਾ ਜਾਵੇ। ਬਾਸ ਅਤੇ ਜਿਹੜੀ ਇਹਨਾਂ ਦੀ ਮਾਤਰਾ ਹੈ ਉਹ ਮੈਂ ਤੁਹਾਨੂੰ ਮਿਲੀਗ੍ਰਾਮ ਦੇ ਵਿੱਚ ਦੱਸਾਂਗਾ ਜਾਂ PPM 'ਚ ਦੱਸਾਂਗਾ। ਮਿਲੀਗ੍ਰਾਮ ਦਾ ਮਤਲਬ ਕਿ 1 ਕਿਲੋ ਚਾਵਲ ਦੇ ਵਿੱਚ ਇਸ ਤੋਂ ਵੱਧ ਮਾਤਰਾ ਨਹੀਂ ਹੋਣੀ ਚਾਹੀਦੀ। ਸਭ ਤੋਂ ਪਹਿਲਾਂ ਐਸੀਫੇਟ ਹੈ ਜਿਹੜਾ ਕਿ ਬਿਲਕੁਲ ਬੈਨ ਹੈ ਬਾਸਮਤੀ ਦੇ ਉੱਤੇ ਵਰਤਣਾ। ਇਹਦੀ ਜਿਹੜੀ ਮਾਤਰਾ ਹੈਗੀ ਹੈ 0.01 ਮਿਲੀਗ੍ਰਾਮ ਪ੍ਰਤੀ ਕਿਲੋ ਚਾਵਲ ਜਾਂ 0.01 PPM ਤੋਂ ਵੱਧ ਨਹੀਂ ਹੋਣੀ ਚਾਹੀਦੀ। ਦੂਜਾ ਜਿਹੜਾ ਜ਼ਹਿਰ ਅਸੀਂ ਬਾਸਮਤੀ ਦੇ ਵਿੱਚ ਬਿਲਕੁਲ ਨਹੀਂ ਵਰਤਣਾ ਉਹ ਹੈਗਾ ਵਿਪਰੋਫੀਜ਼ਨ, ਜਿਹਦੀ ਮਾਤਰਾ ਜਿਹੜੀ ਹੈਗੀ ਹੈ ਚਾਵਲ ਦੇ ਵਿੱਚ 0.5 PPM ਤੋਂ ਵੱਧ ਨਹੀਂ ਹੋਣੀ ਚਾਹੀਦੀ। ਤੀਜਾ ਜ਼ਹਿਰ ਹੈ ਕਾਰਬੇਨਾਡਿਜ਼ਮ, ਇਹਦੀ ਮਾਤਰਾ 0.01 PPM ਤੋਂ ਵੱਧ ਨਹੀਂ ਹੋਣੀ ਚਾਹੀਦੀ। ਕਾਰਬੇਨਾਡਿਜ਼ਮ ਦੇ ਨਾਲ ਤਾਂ ਯਾਰ ਪਤਾ ਹੀ ਨਹੀਂ ਜ਼ਿਮੀਂਦਾਰ ਨੂੰ ਹੋਇਆ ਕੀ ਹੈ ਕਿ ਝੋਨਾ ਲੱਗਦਾ ਬਾਅਦ 'ਚ ਹੈ, ਪਹਿਲਾਂ ਲਿਆ ਕੇ 12-13 ਸੁੱਟਦਾ, 12-13 'ਚ ਵੀ ਕਾਰਬੇਨਾਡਿਜ਼ਮ ਹੀ ਹੁੰਦਾ, ਅਤੇ ਲਿਆ ਕੇ ਖੇਤ ਦੇ ਵਿੱਚ ਸੁੱਟਦਾ। ਸਹੀ ਚੀਜ਼ਾਂ ਖੇਤ 'ਚ ਨਹੀਂ ਵਰਤਣੀਆਂ, ਸਿਰਫ ਬਸ ਕੁਛ ਨਾ ਕੁਛ ਲਿਆ ਕੇ ਸਿੱਟੀ ਜਾਣਾ ਕਿ ਹਰਾ ਭਰਾ ਹੋ ਜਾਵੇ, ਜਿਹੜਾ ਕਿ ਟੈਂਪਰੇਰੀ ਹੁੰਦਾ ਹੈ। ਆਪਦੇ ਪੈਰਾਂ 'ਤੇ ਘੁਆੜਾ ਆਪ ਮਾਰਦੇ ਹੋ, ਇਸ ਬਾਸਮਤੀ ਦਾ ਖਰੀਦਦਾਰ ਕੋਈ ਨਹੀਂ ਰਹਿਣਾ ਜੇਕਰ ਇਸੇ ਤਰੀਕੇ ਨਾਲ ਖੇਤ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸੁੱਟਦੇ ਗਏ, ਜਦੋਂ ਕਿ ਇਹਨਾਂ ਦੀ ਖੇਤ 'ਚ ਜ਼ਰੂਰਤ ਨਹੀਂ ਹੁੰਦੀ। ਮੈਂ ਇਸ 'ਤੇ ਇੱਕ ਵੱਖਰੀ ਵੀਡੀਓ ਵੀ ਕਰਾਂਗਾ। ਇਸ ਤੋਂ ਅਗਲੀ ਗੱਲ ਆਉਂਦੀ ਹੈ ਟ੍ਰਾਈਜੋਫੋਸ, ਪੱਤਾ ਲਪੇਟਾਈ ਨਹੀਂ ਅਤੇ ਅਸੀਂ ਸਪਰੇਅ ਪਹਿਲਾਂ ਕਰ ਦਿੱਤੀ ਹੈ, ਤਾਂ ਇਸ ਚੀਜ਼ ਨੂੰ ਕੰਟਰੋਲ ਕਰੋ। ਟ੍ਰਾਈਜੋਫੋਸ ਬਾਸਮਤੀ ਦੇ ਵਿੱਚ ਬਿਲਕੁਲ ਵੀ ਨਹੀਂ ਵਰਤਣੀ। ਇਹਦੀ ਜਿਹੜੀ ਪਰਮਿਸ਼ੇਬਲ ਲਿਮਿਟ ਹੈਗੀ ਹੈ 0.02 ਮਿਲੀਗ੍ਰਾਮ ਜਾਂ 0.02 PPM ਹੈ। ਪ੍ਰੋਪੀਕੋਨਾਜੋਲ, ਮੈਂ ਸਾਫ ਸਾਫ ਬੋਲ ਰਿਹਾ, ਪ੍ਰੋਪੀਕੋਨਾਜੋਲ ਇਸ ਦਵਾਈ ਦੀ ਜਿਹੜੀ ਲਿਮਿਟ ਹੈਗੀ ਹੈ ਉਹ 1.5 PPM ਹੈ।
ਤਾਂ ਇਸ ਨੂੰ ਬਾਸਮਤੀ ਦੇ ਉੱਪਰ ਨਹੀਂ ਉਪਯੋਗ ਕਰਨਾ। ਅਗਲੀ ਚੀਜ਼ ਹੈ ਥਾਇਓਮਥੋਕਸਿਮ, ਜਿਹਨੂੰ ਤੇਲੇ ਵਾਸਤੇ ਸੇਵੀਆਂ ਵਾਲੀ ਦਵਾਈ ਵਰਤਦੇ ਹੋ, ਇਹਦੀ ਲਿਮਿਟ ਹੈਗੀ ਹੈ 0.01 PPM ਜਾਂ ਮਿਲੀਗ੍ਰਾਮ ਪ੍ਰਤੀ ਕਿਲੋ। ਇਹ ਵੀ ਬਿਲਕੁਲ ਵੀ ਬਾਸਮਤੀ ਦੇ ਵਿੱਚ ਨਹੀਂ ਵਰਤਣਾ। ਅਗਲੀ ਚੀਜ਼ ਆਉਂਦੀ ਹੈ ਟ੍ਰਾਈਸਾਈਕਲਾਜੋਲ, ਜਿਹੜੀ ਕਿ ਬਹੁਤ ਜ਼ਿਆਦਾ ਵਰਤੀ ਗਈ ਅਤੇ ਇਹ ਜਿਹੜੀ ਹੈਗੀ ਸਭ ਤੋਂ ਵੱਡਾ ਖਤਰਾ ਬਣੀ ਹੋਈ ਹੈ ਸਾਡੀ ਬਾਸਮਤੀ ਐਕਸਪੋਰਟ ਦੇ ਵਿੱਚ। ਇਹਦੀ ਪਰਮਿਸ਼ੇਬਲ ਲਿਮਿਟ ਹੈਗੀ ਹੈ 0.01 ਮਿਲੀਗ੍ਰਾਮ। ਇਹ ਤੁਸੀਂ ਨਾ ਵੀ ਕਰੋਗੇ ਨਾ ਸਪਰੇ, ਤਾਂ ਵੀ ਜਿਹੜਾ ਹੈਗਾ ਤੁਹਾਡੇ ਖੇਤ ਦੇ ਵਿੱਚ ਜਿਹੜਾ ਹੈਗਾ ਇਹ ਹਜੇ ਤੀਕ ਆ ਰਹੀ ਹੈ, ਤਾਂ ਇਹਦਾ ਸਪਰੇ ਬਿਲਕੁਲ ਬੰਦ ਕਰ ਦੇਣਾ, ਅਸੀਂ ਖੇਤ ਦੇ ਵਿੱਚ ਬਿਲਕੁਲ ਵੀ ਨਹੀਂ ਵਰਤਣੀ। ਇਸ ਤੋਂ ਅਗਲੀ ਗੱਲ ਹੈਗੀ ਥਾਇਓਫਨੈਟ ਮਿਥਾਇਲ, ਇਹਦੀ ਲਿਮਿਟ ਵੀ 0.01 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਹੈ। ਠੀਕ ਹੈ ਕਿ ਸ਼ੁਰੂ 'ਚ ਪੈ ਜਾਂਦੀ ਹੈ, ਐਂਡ 'ਤੇ ਜਾਂਦੇ ਜਾਂਦੇ ਕੁਛ ਨਾ ਕੁਛ ਰੈਜ਼ੀਡਿਊ ਘੱਟ ਜਾਂਦਾ ਹੈ, ਪਰੰਤੂ ਦੋਸਤੋ ਜਿਵੇਂ ਮੈਂ ਇੱਕ ਵੀਡੀਓ 'ਚ ਪਹਿਲਾਂ ਦੱਸਿਆ ਕਿ ਝੰਡਾ ਰੋਗ ਦਾ ਇਲਾਜ ਹੀ ਬੜਾ ਸੌਖਾ ਹੈਗਾ ਹੈ, ਉਹਦੀ ਉਸ ਦੇ ਵਿੱਚ ਜੋ ਚੀਜ਼ ਤੁਹਾਨੂੰ ਦੱਸੀ ਰਿਸਰਚ ਦੇ ਹਿਸਾਬ 'ਤੇ, ਜੇ ਉਹਦੇ ਹਿਸਾਬ ਨਾਲ ਤੁਸੀਂ ਕਰੋਗੇ ਤਾਂ ਤੁਹਾਨੂੰ ਇਹ ਚੀਜ਼ਾਂ ਖੇਤ ਦੇ ਵਿੱਚ ਪਾਉਣ ਦੀ ਲੋੜ ਹੀ ਨਹੀਂ ਪੈਣੀ। ਇਸ ਤੋਂ ਅੱਗੇ ਨੌਵੀਂ ਆ ਗਈ ਹੈ ਕਾਰਬੋਫਿਊਰਾਨ। ਕਾਰਬੋਫਿਊਰਾਨ ਇਹਦੀ ਵੀ ਪਰਮਿਸ਼ੇਬਲ ਲਿਮਿਟ ਜਿਹੜੀ ਹੈਗੀ ਹੈ 0.01 PPM ਹੈ, ਤਾਂ ਇਹ ਵੀ ਬਾਸਮਤੀ ਦੇ ਵਿੱਚ ਆਪਾਂ ਬਿਲਕੁਲ ਵੀ ਨਹੀਂ ਵਰਤਣੀ। ਤਾਂ ਇਹ ਨੌ ਦਵਾਈਆਂ ਸੀਗੀਆਂ, ਐਸੀਫੇਟ, ਟ੍ਰਾਈਓਫਾਸ, ਥਾਈਮਥੋਕਸਿਮ, ਕਾਰਬਨਾਡਿਜ਼ਮ, ਟ੍ਰਾਈਸਾਈਕਲਾਜੋਲ, ਬਿਪਰੋਫੀਜ਼ਨ ਅਤੇ ਥਾਇਓਫਨੈਟ ਮਿਥਾਇਲ ਅਤੇ ਪ੍ਰੋਪੀਕੋਨਾਜੋਲ। ਇਹ ਦਵਾਈਆਂ ਆਪਾਂ ਖੇਤ ਦੇ ਵਿੱਚ ਕਦੇ ਵੀ ਨਹੀਂ ਵਰਤਣੀਆਂ ਹੈਗੀਆਂ। ਅਤੇ ਜਿਹੜੀਆਂ ਬਾਕੀ 13 ਦਵਾਈਆਂ ਹੈਗੀਆਂ ਜਾਂ 13 ਜ਼ਹਿਰ ਹੈਗੇ ਹੈ, ਉਹ ਵੀ ਆਪਾਂ ਖੇਤ ਦੇ ਵਿੱਚ ਲਿਮਿਟਡ ਯੂਜ਼ ਕਰਨੇ ਹੈ, ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਅਨੁਸਾਰ ਯੂਜ਼ ਕਰਨੇ ਹੈ, ਕਿਉਂਕਿ ਉਹਨਾਂ ਦੀ ਲਿਮਿਟ ਵੀ ਤੁਸੀਂ ਹੁਣ ਦੇਖੋਗੇ ਤਾਂ ਬਹੁਤ ਖਤਰਨਾਕ ਸਤਰ ਦੇ ਉੱਪਰ ਉਹ ਖੜ੍ਹੇ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕਲੋਰੋਪੈਰੀਫਾਸ ਦੀ, ਜਿਹਨੂੰ ਕਿ ਐਵੇਂ ਕਿਸਾਨ ਖੇਤ ਦੇ ਵਿੱਚ ਸੁੱਟੀ ਜਾਂਦੇ ਆ ਕਿ ਪਾਣੀ ਦੇ ਵਿੱਚ ਵੀ ਕਹਿੰਦੇ ਸਿਉਂਕ ਪੈ ਜਾਂਦੀ ਹੈ। ਅਗਲੀਆਂ ਵੀਡੀਓ 'ਚ ਕਲੀਅਰ ਕਰਾਂਗੇ ਇਸ ਬਾਰੇ। ਤਾਂ ਇਹਦੀ ਲਿਮਿਟ ਹੈਗੀ ਹੈ 0.05 PPM, ਤਾਂ ਇਹਦਾ ਇਸਤੇਮਾਲ ਧਿਆਨ ਨਾਲ ਕਰਨਾ ਹੈ। ਕਲੋਥਾਈਨੋਡੋਨ, ਇਹ ਤੇਲੇ ਵਾਸਤੇ ਵਰਤਦੇ ਲੋਕ, ਇਹਦਾ ਵੀ 0.05 PPM ਹੈ। ਆਈਸੋਪ੍ਰੋਥੀਲੀਨ, ਜਿਹਨੂੰ ਆਪਾਂ ਕੰਡੀ ਰੋਗ ਵਾਸਤੇ ਵਰਤਦੇ ਹਾਂ, ਇਹਦੀ ਲਿਮਿਟ ਤਾਂ ਠੀਕ ਹੈ 5 PPM ਹੈਗੀ ਹੈ ਜਾਂ 5 ਮਿਲੀਗ੍ਰਾਮ ਹੈਗੀ ਹੈ, ਪਰੰਤੂ ਇਸ ਦਾ ਇਸਤੇਮਾਲ ਵੀ ਰਿਕਮੈਂਡੇਸ਼ਨ 'ਤੇ ਹੀ ਕਰਨਾ, ਐਵੇਂ ਖੇਚ ਨਾ ਕਰੋ, ਕਿਉਂਕਿ 22 ਜ਼ਹਿਰਾਂ ਦੇ ਵਿੱਚ ਜਿਨ੍ਹਾਂ ਦਾ ਟੈਸਟ ਹੁੰਦਾ ਹੈ। ਅਤੇ ਮੈਥਾਮਾਈਡੋਫੋਸ, ਇਹਦਾ ਲਿਮਿਟ ਪਤਾ ਕਿੰਨੀ ਹੈ 0.01 PPM, ਮਤਲਬ ਕਿ ਇਹ ਵੀ ਜਿਹੜਾ ਹੈਗਾ ਬਹੁਤ ਘੱਟ ਹੋਣਾ ਚਾਹੀਦਾ, ਤਾਂ ਇਹਨੂੰ ਵੀ ਖੇਤ ਦੇ ਵਿੱਚ ਆਪਾਂ ਨਹੀਂ ਪਾਉਣਾ। ਪ੍ਰੀਮੀਫੋਸ ਮਿਥਾਇਲ, ਇਹਦੀ ਲਿਮਿਟ ਹੈਗੀ 5 PPM ਤੱਕ, ਤਾਂ ਇਹਨੂੰ ਵੀ ਜਦੋਂ ਜ਼ਰੂਰਤ ਪਵੇ ਉਦੋਂ ਹੀ ਵਰਤਣਾ ਹੈ। ਪ੍ਰਪੈਨੋਫੋਸ ਨੂੰ ਤਾਂ ਇਹ ਆਮ ਤੌਰ 'ਤੇ ਕਿਸਾਨ ਐਵੇਂ ਹੀ ਚੱਕੀ ਜਾਂਦਾ ਖੇਤ 'ਚ, ਮਾੜੀ ਪੱਤਾ ਵਾਲੀ ਬਿਠਾਈ ਨਹੀਂ ਅਤੇ ਕਰ ਦਿੱਤਾ, ਅਤੇ ਇਹ ਵੀ ਬਾਰਡਰ 'ਤੇ ਖੜ੍ਹੀ ਹੈ 0.01 PPM ਜਿਹੜੀ ਹੈਗੀ ਹੈ, ਇਹਦੀ ਮਾਤਰਾ ਇਸ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਤੋਂ ਅਗਲੀ ਦਵਾਈ ਆਉਂਦੀ ਹੈ ਫਲੂਸਿਨਾਮਾਈਡ, ਜਿਹੜੀ ਕਿ ਇਹਦੀ ਲਿਮਿਟ ਵੀ ਹੈਗੀ ਹੈ ਕਿ 0.05 PPM ਤੋਂ ਜ਼ਿਆਦਾ ਇਹ ਖੇਤ ਦੇ ਵਿੱਚ, ਮਤਲਬ ਕਿ ਚਾਵਲ ਦੇ ਵਿੱਚ ਨਹੀਂ ਹੋਣੀ ਚਾਹੀਦੀ। ਅਮੀਡਾ ਕੈਲੋਪ੍ਰੈਡ, ਅਸੀਂ ਤੇਲੇ ਵਾਸਤੇ ਵਰਤਦੇ ਹਾਂ, 1.5 PPM ਤੋਂ ਵੱਧ ਇਹ ਨਹੀਂ ਹੋਣਾ ਚਾਹੀਦਾ। ਇਸ ਤੋਂ ਅੱਗੇ ਆਉਂਦੀ ਹੈ ਮੈਟਕੋਨਾਜੋਲ, ਇਹਦੀ ਮਾਤਰਾ ਹੈਗੀ ਹੈ 0.02 PPM। ਟੈਬੂ ਫੈਨੋਜਾਈਡ, ਇਹਦੀ ਮਾਤਰਾ ਹੈਗੀ ਹੈ 3 PPM। ਪ੍ਰੋਥਾਇਓਕੋਨਾਜੋਲ, ਇਹਦੀ ਮਾਤਰਾ ਹੈਗੀ ਹੈ 0.02 PPM। ਸਾਈਫਲੂਥਰੀਨ, ਇਹਦੀ ਮਾਤਰਾ ਹੈਗੀ ਹੈ 0.002 PPM। ਕਹਿਣ ਦਾ ਮਤਲਬ ਦੋਸਤੋ ਇਹ ਹੈ, ਕੋਈ ਇੱਕ ਅੱਧੀ ਰਹਿ ਗਈ ਹੋਵੇ ਤਾਂ ਇਹ ਲਿਸਟ ਤੁਹਾਡੇ ਤੁਸੀਂ ਦੇਖ ਰਹੇ ਹੋ, ਤਾਂ ਇਹ ਜਿਹੜੀਆਂ 22 ਜ਼ਹਿਰ ਹੈ, 22 ਦੇ ਵਿੱਚੋਂ ਜਿਹੜੇ ਮੁੱਖ ਤੌਰ 'ਤੇ ਮੈਂ ਤੁਹਾਨੂੰ 9 ਕਹੇ ਆ, ਉਹ ਤਾਂ ਅਸੀਂ ਖੇਤ 'ਚ ਕਦੇ ਵੀ ਵਰਤਣੇ ਨਹੀਂ ਹੈਗੇ, ਬਾਕੀ ਜਿਹੜੇ 13 ਜ਼ਹਿਰ ਹੈਗੇ ਆ ਉਹ ਕੇਵਲ ਜ਼ਰੂਰਤ ਪੈਣ 'ਤੇ ਵਰਤੋ, ਐਵੇਂ ਅੰਨੇ ਵਾਹ ਨਾ ਵਰਤੋ, ਨਹੀਂ ਤਾਂ ਸਾਡੀ ਬਾਸਮਤੀ ਦੇ ਵਿੱਚ ਜਦੋਂ ਇਹਨਾਂ ਦੀ ਮਾਤਰਾ ਵਧਣੀ ਸ਼ੁਰੂ ਹੋ ਗਈ ਅਤੇ ਅਗਲੇ ਸਾਲਾਂ 'ਚ ਇਹ ਜ਼ਹਿਰ ਵੀ ਬੈਨ ਹੋ ਜਾਣਗੇ, ਤਾਂ ਫਿਰ ਤੁਸੀਂ ਇਹ ਸੋਚੋਗੇ ਕਿ ਹੁਣ ਮੈਂ ਛਿੜਕਾਂ ਕਿਹੜੀ ਦਵਾਈ ਛਿੜਕਾਂ, ਅਤੇ ਜਦੋਂ ਤੁਹਾਡੇ ਜ਼ਹਿਰ ਬੈਨ ਹੋਣਗੇ ਫਿਰ ਨਵੇਂ ਜ਼ਹਿਰ ਆਉਣਗੇ ਜਿਹੜੇ ਕਿ ਮਹਿੰਗੇ ਭਾਵਾਂ 'ਤੇ ਹੋਣਗੇ, ਤੁਹਾਡੇ ਖੇਤੀ ਖਰਚੇ ਵੱਧ ਜਾਣਗੇ।
ਤਾਂ ਫਿਰ ਮੈਂ ਡੀਲਰ ਭਰਾਵਾਂ ਨੂੰ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਨੌਂ ਚਾਰ ਕਹੇ ਆ ਕਿ ਖੇਚ ਨਹੀਂ ਵਰਤਣੇ, ਇਹਨਾਂ ਨੂੰ ਖੇਚ ਨਾ ਵਰਤਿਆ ਜਾਵੇ। ਜਿਹੜੇ 13 ਹੈਗੇ ਆ ਉਹ ਕੇਵਲ ਜ਼ਰੂਰਤ ਪੈਣ 'ਤੇ ਹੀ ਵਰਤਿਆ ਜਾਵੇ। ਜੇਕਰ ਹੁਣ ਧਿਆਨ ਨਹੀਂ ਰੱਖੋਗੇ ਤਾਂ ਸਾਡੇ ਕੋਲੋਂ ਜਿਹੜਾ ਹੈਗਾ ਬਾਸਮਤੀ ਐਕਸਪੋਰਟ ਨਹੀਂ ਹੋਣੀ, ਅਤੇ ਜਦੋਂ ਐਕਸਪੋਰਟ ਨਹੀਂ ਹੋਈ ਤਾਂ ਫਿਰ ਤੁਸੀਂ ਜਿਹੜਾ ਹੈਗਾ ਪੈਸੇ ਕਿੱਥੋਂ ਕਮਾਓਗੇ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ। ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ।